ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਦਿਲ ਦਾ ਦੌਰਾ ਪੈਣ ਕਰਕੇ ਦਿਲਪ੍ਰੀਤ ਸਿੰਘ ਦੀ ਜਾਨ ਚਲੀ ਗਈ। ਆਪਣੀ ਭੈਣ ਦੇ ਕੋਲ ਕੈਨੇਡਾ ਰਹਿੰਦਾ ਸੀ, ਜੋ ਕਿ 2 ਸਾਲ ਪਹਿਲਾਂ ਕੈਨੇਡਾ ਗਈ ਸੀ। ਤਾਂ 2 ਮਹੀਨੇ ਇਸ ਨੌਜਵਾਨ ਨੂੰ ਹੋਏ ਸੀ ਵਿਦੇਸ਼ ਗਿਆ, ਜਿੱਥੇ ਇਸਨੇ ਦਮ ਤੋੜ ਦਿੱਤਾ। ਤਾਂ ਰੋ ਰੋ ਕੇ ਮਾਪੇ ਬੇਹਾਲ ਨੇ, ਕਿਉਂਕਿ ਕਰਜ਼ਾ ਚੁੱਕ ਕੇ ਦਿਲਪ੍ਰੀਤ ਤੇ ਉਸਦੀ ਭੈਣ ਨੂੰ ਵਿਦੇਸ਼ ਭੇਜਿਆ ਸੀ। ਚੰਗੇ ਸੁਪਨੇ ਸਜਾਏ ਸੀ, ਜ਼ਮੀਨ ਲੈਣੀ ਸੀ, ਕਾਰੋਬਾਰ ਸੈੱਟ ਕਰਨਾ ਸੀ। ਤਾਂ ਉਸ ਤੋਂ ਪਹਿਲਾਂ ਹੀ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਦਿਲ ਦਾ ਦੌਰਾ ਪੈਣ ਕਰਕੇ। ਤਾਂ ਮਾਪੇ ਇਸ ਵੇਲੇ ਬੇਹੱਦ ਦੁਖੀ ਨੇ, ਦੁੱਖਾਂ ਦਾ ਪਹਾੜ ਡਿੱਗ ਚੁੱਕਿਆ। ਤਾਂ ਉਹਨਾਂ ਦੇ ਵੱਲੋਂ ਇੱਕੋ ਇੱਕ ਮੰਗ ਕੀਤੀ ਗਈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਪੰਜਾਬ ਲਿਆਂਦਾ ਜਾਵੇ, ਤਾਂ ਜੋ ਉਹ ਹੱਥੀ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰ ਸਕਣ। ਸਮਾਣਾ ਦੇ ਪਿੰਡ ਕਕਰਾਲਾ ਭਾਈਕੇ ਦੀਆਂ ਇਹ ਤਸਵੀਰਾਂ ਨੇ, ਜਿੱਥੇ ਰੋ ਰੋ ਕੇ ਮਾਪੇ ਬੇਹਾਲ ਨੇ ਔਰ ਪੁੱਤ ਨੂੰ ਦੇਖਣ ਦੇ ਲਈ ਤਰਸੇ ਹੋਏ ਨੇ, ਕਿਉਂਕਿ ਹਾਲੇ 2 ਮਹੀਨੇ ਪਹਿਲਾਂ ਹੀ ਚਾਵਾਂ ਦੇ ਨਾਲ ਪੰਜਾਬ ਤੋਂ ਕੈਨੇਡਾ ਗਿਆ ਸੀ, ਜਿੱਥੇ ਉਸਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਗੱਲ ਹੋਈ ਹੈ। ਹਾਂ, ਕੀ ਦੱਸਦਾ ਸੀ ਬੇਟਾ ਤੁਹਾਨੂੰ, ਕੀ ਹੋਇਆ ਉਸਨੇ ਇੱਕਦਮ? ਕੁਛ ਨਹੀਂ ਦੱਸਿਆ, ਕਹਿੰਦਾ ਮੰਮੀ ਮੈਂ ਠੀਕ ਠਾਕ ਹਾਂ। ਜੂਸ ਪੀਂਦਾ ਪਿਆ ਸੀ ਜੀ। ਮੰਮੀ ਨਾਲ ਕੋਈ ਗੱਲ ਨਹੀਂ ਹੋਈ। ਤੂੰ ਆਪਣੇ ਭੈਣ ਕੋਲ ਰਹਿ ਰਿਹਾ ਸੀ ਕਿ ਅੱਡ ਰਹਿ ਰਿਹਾ ਸੀ? ਭੈਣ ਕੋਲ ਅੱਡ ਰਹਿੰਦੇ ਸੀ। ਕੁੜੀ ਮੇਰੀ ਰੋਟੀਆਂ ਪਕਾਉਣ ਨਹੀਂ, ਉਹ ਸਬਜ਼ੀ ਕੱਟਣ ਡਿਆ, ਕਹਿੰਦਾ ਮੰਮੀ ਨੂੰ ਦਿਖਾ ਲੈ। ਮੈਂ ਐਵੇਂ ਕਿਹਾ ਵੀ ਅੱਧੀ ਬਣਾਓ, ਕਹਿੰਦਾ ਅੱਧੀ ਮੰਮੀ ਮੈਂ ਸਵੇਰੇ ਬਣਾਵਾਂਗਾ, ਮੈਂ ਫਰਿੱਜ 'ਚ ਰੱਖ ਦਾ। ਦਿਲ ਵੀ ਤੂੰ ਸਵੇਰੇ ਤੂੰ ਬਣਾਉਣੀ ਹੈ, ਠੀਕ ਹੈ ਮੰਮੀ ਮੈਂ ਬਣਾ ਲਵਾਂਗਾ, ਚੱਲ ਮੰਮੀ ਬਾਅਦ 'ਚ ਕਰਾਂਗੇ ਗੱਲ। ਬੇਟੇ ਕਿੰਨਾ ਟਾਈਮ ਹੋਇਆ ਗੇਨ ਹੋਇਆ? ਪਤਾ ਨਹੀਂ, ਮੈਨੂੰ ਚਾਰ ਦਿਨ ਕਿੰਨਾ ਟਾਈਮ ਹੋ ਗਿਆ? ਅੱਜ 2 ਮਹੀਨੇ ਹੋ ਗਏ, ਅੱਜ 2 ਮਹੀਨੇ ਹੋ ਗਏ, ਫਰਵਰੀ ਨੂੰ ਗਿਆ, 28 ਫਰਵਰੀ ਨੂੰ। 2 ਮਹੀਨੇ ਹੋ ਗਏ। ਤੁਸੀਂ ਇਹਨੂੰ ਭੇਜਿਆ ਕਿੰਨਾ ਆਪਣਾ ਸੁਪਨੇ ਲਈ ਹੋਵੇ ਬਈ ਭੇਜਿਆ ਇੱਥੋਂ ਬਾਹਰ? ਸਾਡੇ ਕੋਲ ਕੁਛ ਨਹੀਂ ਸੀ, ਮੈਂ ਜ਼ਬਰਦਸਤੀ ਕੀਤੀ ਮੇਰੇ ਪੁੱਤਰ ਨਾਲ, ਮੇਰੇ ਸਾਡੇ ਕੋਲ ਕੁਛ ਨਹੀਂ ਸੀ ਭੇਜਣ ਜੋਗਾ। ਮੈਂ ਤਾਂ ਬਸ ਜੀ, ਮੈਂ ਧੱਕਾ ਕਰ ਲਿਆ, ਆਪਣੀਆਂ ਹੱਡੀਆਂ ਵੇਚ ਕੇ ਵੀ ਧੱਕਾ ਕਰ ਲਿਆ। ਜ਼ਮੀਨ ਤਾਂ ਥੀ ਨਹੀਂ, ਹੈ ਨਾ? ਕਰਜ਼ਾ ਲਿਆ, ਕਰਜ਼ਾ ਲਿਆ ਜੀ, ਸਾਰੀ ਇੱਕ ਚੀਜ਼ 'ਤੇ ਖਰਚਾ। ਕਿੰਨਾ ਕੁ ਖਰਚਾ ਲੱਗਿਆ ਮੇਰੇ ਬੰਦੇ 'ਤੇ? ਮੇਰੇ 'ਤੇ ਸਾਰੇ 'ਤੇ ਜੀ ਸਾਡਾ 30-32 ਲੱਖ ਰੁਪਇਆ ਲੱਗ ਗਿਆ। ਉਹ ਖਰਚਾ ਕਹਿੰਦਾ ਮੈਨੂੰ ਕਹਿੰਦਾ ਮੰਮੀ ਮੈਂ ਸਾਰੇ ਪੈਸੇ ਵਾਪਸ ਕਰਾਂਗਾ। ਮਾਂ ਮੈਨੂੰ ਚੈਨ ਨਹੀਂ ਆਉਂਦਾ ਇੰਨਾ ਚਿਰ। ਮੇਰੇ ਪੁੱਤਰ ਨੇ ਮੈਨੂੰ ਇੰਨੀ ਹੀ ਗੱਲ ਕਹੀ ਹੈ, ਮੰਮੀ ਜਿੱਦਣ ਮੈਂ ਤੇਰੇ ਕੋਲ 'ਚ ਪੈਸੇ ਪਾਵਾਂਗਾ ਮੈਂ ਫਿਰ ਤੇਰੇ ਨਾਲ ਗੱਲ ਕਰਾਂਗਾ। ਦਿਲਪ੍ਰੀਤ ਸਬਜ਼ੀ ਬਣਾ ਲਈ, ਮੰਮੀ ਮੈਂ ਆਪੇ ਬਣਾ ਲਾ, ਮੰਮੀ ਮੇਰੇ ਨਾਲ ਗੱਲ ਕੀਤੀ ਕੋਈ? ਬਿਲਕੁਲ ਠੀਕ ਸੀ ਜੀ, ਬਿਲਕੁਲ ਵਧੀਆ, ਫਸਟ ਕਲਾਸ ਸੀ ਜੋ ਗਏ ਸੀ ਇਹ। ਹਾਂਜੀ, ਉਸ ਤੋਂ ਬਾਅਦ ਜੀ ਇਹ ਮਤਲਬ ਵੀ ਤਕਰੀਬਨ ਠੀਕ ਰਹਿਣੇ, ਮਹੀਨਾ 2 ਮਹੀਨਾ ਡੇਢ ਠੀਕ ਰਹਿਣੇ, ਅਤੇ ਆਪਣਾ
ਅਚਾਨਕ ਮਤਲਬ ਪਤਾ ਨਹੀਂ ਕੀ ਅਟੈਕ ਹੋਇਆ, ਕੀ ਹੋਇਆ, ਕੀ ਸਾਨੂੰ ਕੋਈ ਕੁਛ ਪਤਾ ਨਹੀਂ ਲੱਗਿਆ ਜੀ ਇਹਦਾ ਕੀ ਹੋਇਆ ਕੀ ਨਹੀਂ ਹੋਇਆ। ਬੇਟੀ ਕਿਤੇ ਨਾਲ ਰਹਿ ਰਹੇ ਸੀ ਅੱਡ ਰਹੇ ਸੀ? ਨਾ, ਇਕੱਠੀ ਸੀ ਬੇਟੀ। ਬੇਟੀ ਕਹਿੰਦੀ ਵੀ ਬਾਥਰੂਮ ਦੇ ਵਿੱਚ ਗਏ ਨੇ, ਬਾਥਰੂਮ ਦੇ ਵਿੱਚ ਦਰਵਾਜ਼ਾ ਲਾ ਕੇ ਮਤਲਬ ਬਾਥਰੂਮ ਗਏ ਨੇ, ਅਤੇ ਉਸ ਤੋਂ ਬਾਅਦ ਪਤਾ ਨਹੀਂ ਕੀ ਚੱਕਰ ਚੁੱਕਰ ਆ ਗਿਆ, ਕੀ ਹੋ ਗਿਆ, ਅਟੈਕ ਹੋ ਗਿਆ। ਤਾਂ ਅੰਦਰ ਵਿੱਚ ਨੇ ਦਰਵਾਜ਼ਾ ਖੜਕਾਇਆ ਅਤੇ ਦਰਵਾਜ਼ਾ ਖੁੱਲਿਆ ਨਹੀਂ। ਡੈਡੀ ਕੋਈ ਨੀ, ਜਦੋਂ ਮੈਂ ਬਸ ਮੈਨੂੰ ਕੰਮ ਤੇ ਲੱਗ ਜਾਂਦੇ ਮੈਂ ਭੇਜਿਆ ਕਰਾਂਗਾ, ਪੈਸਾ ਕੁਛ ਕਰਾਂਗਾ, ਪੈਲੀ ਵੀ ਲਾਵਾਂਗੇ ਤੇ ਆਪਣਾ ਮਤਲਬ ਮਕਾਨ ਕੋਠੀ ਪਾਵਾਂਗੇ ਤੇ ਵਧੀਆ ਮਤਲਬ ਆਪਣਾ ਭਵਿੱਖ ਬਣਾਵਾਂਗੇ। ਇੱਕ ਬੇਟਾ ਇੱਕ ਬੇਟੀ ਹੈ? ਹਾਂਜੀ ਹਾਂਜੀ। ਕਿੰਨਾ ਕਰਜ਼ਾ ਤੁਸੀਂ ਚੱਕਿਆ ਜਿਹੜਾ ਇਹਨੂੰ ਘਰ ਭੇਜਣਾ ਪਿਆ? ਕਰਜ਼ਾ ਮੈਨੂੰ ਚੱਕਿਆ 25 ਲੱਖ ਜੀ। 25 ਲੱਖ? ਹਾਂਜੀ। ਅਤੇ ਹੁਣ ਉੱਥੋਂ ਲਿਆਉਣ ਵਾਸਤੇ ਪ੍ਰਬੰਧ ਹੈ ਕੋਈ? ਨਹੀਂ, ਕੋਈ ਪ੍ਰਬੰਧ ਨਹੀਂ ਸਾਡੇ ਕੋਲ। ਕੀ ਅਪੀਲ ਕਰਦੇ ਹੋ ਸਰਕਾਰ ਨੂੰ ਤੁਸੀਂ? ਸਰਕਾਰ ਨੂੰ ਕਰਨੇ ਵੀ ਸਾਡੀ ਸਹਾਇਤਾ ਕਰੇ, ਇਹਨੂੰ ਭੇਜਿਆ। ਪਰਿਵਾਰ ਕੋਈ ਵੀ ਹੈ ਚੰਗੇ ਸੁਪਨੇ ਦੇਖ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦਾ ਕਿ ਉਹਨਾਂ ਦੀ ਜ਼ਿੰਦਗੀ ਚੰਗੀ ਬਣ ਜਾਵੇ, ਆਪਣਾ ਚੰਗਾ ਕਾਰੋਬਾਰ ਹੋ ਜਾਵੇ, ਪਰ ਕੁਦਰਤ ਨੇ ਕੁਛ ਹੋਰ ਹੀ ਕਰ ਦਿੱਤਾ। ਤੁਸੀਂ ਕਿੰਨੇ ਭਰਾ ਹੋ ਟੋਟਲ? ਮੈਂ ਇਹ ਮਾਸੀ ਦੇ ਮੁੰਡੇ ਨੇ ਜੀ ਮੇਰੇ, ਅਤੇ ਅਚਾਨਕ ਖਬਰ ਪਤਾ ਲੱਗੀ ਰਿਸ਼ਤੇਦਾਰਾਂ ਤੋਂ। ਕਿਸ ਟਾਈਮ ਸੂਚਨਾ ਮਿਲੀ ਤੁਹਾਨੂੰ? ਇਹ ਸਾਨੂੰ ਕੱਲ੍ਹ ਮਿਲੀ ਹੈ ਜੀ, ਕੱਲ੍ਹ ਰਿਸ਼ਤੇਦਾਰਾਂ ਤੋਂ ਪਤਾ ਲੱਗਿਆ ਵੀ ਇੱਦਾਂ ਤਾਂ ਕਰਕੇ ਆ ਹਾਦਸਾ ਹੋ ਗਿਆ, ਅਤੇ ਸੁਣ ਕੇ ਰਿਹਾ ਨਹੀਂ, ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਵੀ ਕੀ ਬਣ ਗਿਆ ਅਚਾਨਕ ਇੰਨੀ। ਉਹਦੇ ਨਾਲ ਭੇਜਿਆ ਸੀ ਅਸੀਂ। ਮੈਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਨਾ ਜੀ, ਸਾਡੇ ਬੱਚੇ ਦੀ ਡੈੱਡ ਬੋਡੀ ਇੱਥੇ ਪਹੁੰਚਣੀ ਚਾਹੀਦੀ ਹੈ। ਸਰਕਾਰ, ਮੌਜੂਦਾ ਸਰਕਾਰ ਵੀ ਸਾਡੀ ਹੈਲਪ ਕਰੇ, ਅਤੇ ਜਿਹੜੇ ਹੁਣ ਕਾਂਗਰਸ ਸਰਕਾਰ ਵੀ ਸਾਡੀ ਹੈਲਪ ਕਰੇ ਜੀ। ਅਸੀਂ ਮਤਲਬ ਵੱਧ ਤੋਂ ਵੱਧ ਗਰੀਬ ਪਰਿਵਾਰ ਹੈ, ਇਹਨਾਂ ਦੀ ਹੈਲਪ, ਸਾਡੀ ਹੈਲਪ ਹੋਵੇ। ਬਿਲਕੁਲ, ਅਸੀਂ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੇ ਹਾਂ ਜੀ। ਜ਼ਮੀਨ ਹੈ ਹੀ ਨਹੀਂ? ਜ਼ਮੀਨ ਸਾਡੇ ਕੋਲ ਹੈ ਨਹੀਂ ਜੀ, ਬਿਲਕੁਲ ਕੁਛ ਨਹੀਂ ਹੈਗਾ ਸਾਡੇ ਕੋਲ। ਅੱਜ ਤਾਂ ਆਪਣੀ ਨੌਕਰੀ, ਮੈਂ ਵੀ ਪਹਿਲਾਂ ਫੌਜ 'ਚ ਸੀਗਾ, ਇਹ ਵੀ ਭਲਾ ਫੌਜ 'ਚ ਅਸੀਂ ਰਿਟਾਇਰ ਹੋ ਗਏ ਹਾਂ ਜੀ। ਹਾਂਜੀ ਹਾਂ, ਅਤੇ ਮੈਨੂੰ 20 ਸਾਲ ਹੋ ਗਏ ਪੈਨਸ਼ਨ ਆਏ ਨੂੰ, ਇਹ ਹੁਣ ਆਏ ਨੇ ਪੈਨਸ਼ਨ। ਬਸ ਆਹੀ ਤਨਖਾਹ ਦੇ ਗੁਜ਼ਾਰੇ 'ਤੇ ਅਸੀਂ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰ ਰਹੇ ਸੀ, ਚਲੋ ਵੀ ਸਾਡੇ ਬੱਚੇ ਸੈੱਟ ਹੋਣ, ਚਲੋ ਪਰਮਾਤਮਾ ਸਾਡਾ ਕੋਈ ਹੈਲਪ ਕਰੇ। ਚਲੋ ਅਸੀਂ ਪ੍ਰਸ਼ਾਸਨ ਅੱਗੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਜੀ। ਗਰੀਬ ਪਰਿਵਾਰ ਹੈ ਬਿਲਕੁਲ, ਅਸੀਂ ਕੋਈ ਸਾਡੇ ਕੋਲ ਕੋਈ ਨਾ ਜ਼ਮੀਨ ਹੈ ਨਾ ਕੁਛ ਨਹੀਂ ਹੈਗਾ ਜੀ।